परम सत्कारयोग खालसा जी जे आपां इस कांड तो पिछे जाइए तो नकोदर दे विच भी बेअदबियां होईयां सन और उत्थे की होया सी बच्चियां नूं बाहर बुला के नौजवानों पंद्रह भी साल के नौजवानों मूँह दे विच पिस्तौल पा के गोलियां मारियां गईयां सन उहदा न्याय आपां नूं की मिलिया। उस तो नेड़े जाइए जसपाल सिंह नूं कल मारिया सी इन्हां ने निर्दोष नौजवान बच्चा सी। अब जे असीं इस तो पिछे जाइए तो इतिहास सारा ही पिया जिस वेले बेअदबियां शुरू होईयां गुरबाणी दियां गुरु ग्रंथ साहिब दियां लखपत ने कहा सीगा लखू जिन्हों आपां जानदे हां उसने कहा सीगा कि ये जिहड़ा पंथ है खत्री ने बनाया तो मैं खत्री तां कहावांगा अपने आप नूं जे सारे पंथ नूं दीन दे विच इस्लाम दे विच दाखल कर दिया। और सारे खूह भरते सन पंजाब दे साडी साडियां पोथियां नाल ते नां नहीं सी लै सकदे असीं गुरु का गुड़ कहना पैंदा सी गुड़ का नाँ नहीं सी लै सकदे रोड़ी कहना पैंदा सी क्योंकि गुरु का भुलेखा पैंदा सी। जदों असीं बदला लिया जदों असीं इंसाफ लिया तो असीं आप लिया किसी ने सानूं लै के नहीं दिता। हुण मैं बेनती करनी है कि साडा झगड़ा की है झगड़ा सिर्फ इन्ना ही है कि एक बिरतांत सिरजिया एक जमात ने एक समाज ने वह कहिंदे आ कि मनुख जिहड़े हुंदे आ उत्तम हुंदे आ मध्यम हुंदे आ नीच हुंदे आ इस तरह के ब्रह्मा तो मुख तो पैदा होया वह पट्टां तो पैदा होया फलाना इस तरह पैदा होया। मैं कदे तुसीं किसी ने देखिया होवे इस तरह बच्चा पैदा हुंदा दसो। खैर ये बिरतांत उन्होंने बनाया और इस बिरतांत दे राही वह अपना सदीवी राज बहु गिणती दे उत्ते कायम करना चाहते हैं। जदों तुसीं गुरु नानक सच्चे पातशाह ते आउंदे हो तां गुरु कहिंदे ने कि ऐ जी ना उत्तम नीच ना मध्यम असीं तां परमात्मा दे जीव हाँ छोटे मोटे लोग हाँ साडे च कोई उत्तम नहीं कोई नीच नहीं कोई मध्यम नहीं। ਇਹ ਸੀ ਫਲਸਫਾ ਜਿਹੜਾ ਗੁਰੂ ਨੇ ਤੁਹਾਨੂੰ ਬਖਸ਼ਿਆ ਜਿਹੜੇ ਹੁਣ ਤੁਸੀਂ ਦਸਤਾਰਾਂ ਸਜਾ ਕੇ ਕਿਰਪਾਨਾਂ ਫੜ ਕੇ ਆਪਣੇ ਆਪ ਨੂੰ ਸਮਝ ਰਹੇ ਹੋ ਵੀ ਅਸੀਂ ਬਹੁਤ ਉੱਚੀ ਜਾਤੀ ਦੇ ਹਾਂ। ਤੁਹਾਨੂੰ ਸਾਰਿਆਂ ਨੂੰ ਸ਼ੂਦਰਾਂ ਦੇ ਵਿੱਚ ਗਿਣਿਆ ਜਾਂਦਾ ਸੀ ਜੱਟਾਂ ਨੂੰ ਬਾਕੀ ਦਿਆਂ ਨੂੰ ਜੋ ਵੀ ਹਨ ਸਾਰੇ ਸ਼ੂਦਰ ਸਨ ਔਰ ਅੱਜ ਵੀ ਸ਼ੂਦਰ ਗਿਣੇ ਜਾਂਦੇ ਨੇ। ਹੁਣ ਤੁਸੀਂ ਕਰਦੇ ਕੀ ਹੋ ਤੁਸੀਂ ਇੱਕ ਵਰਗ ਦੀ ਨੁਮਾਇੰਦਗੀ ਕਰਦੇ ਹੋ ਕਿ ਜ਼ਿਲਤ ਦੇ ਵਿੱਚੋਂ ਨਿਕਲ ਜਿਉਂ ਤੁਹਾਨੂੰ ਤਖਤਿਆਂ ਦੇ ਨਾਲ ਥੰਮਾਂ ਦੇ ਨਾਲ ਬੰਨ ਬੰਨ ਕੇ ਮਾਰਦੇ ਨੇ ਜਦੋਂ ਤੁਹਾਨੂੰ ਗਾਂ ਦੇ ਮੀਟ ਰੱਖਣ ਦੇ ਇਵਜ਼ ਦੇ ਵਿੱਚ ਤੁਹਾਡੀਆਂ ਖੱਲਾਂ ਲਾਉਂਦੇ ਨੇ ਇਹ ਜਿਹੜੀ ਛੱਟ ਹੈਗੀ ਗੁਲਾਮੀ ਦੀ ਇਹਨੂੰ ਲਾਹ ਦਿਓ। 4000 ਸਾਲ ਪੁਰਾਣੀ ਹੈ 5000 ਸਾਲ ਪੁਰਾਣੀ ਹੈ ਕਿੰਨੀ ਪੁਰਾਣੀ ਹੈ ਇਸ ਨੂੰ ਲਾਹ ਕੇ ਵਗਾ ਕੇ ਮਾਰੋ। ਉਹਨਾਂ ਨੂੰ ਖਤਰਾ ਇਹ ਹੈ ਕਿ ਇਹ ਲੋਕ ਕਦੇ ਨਾ ਕਦੇ ਇਹਨਾਂ ਦੀ ਸੁਣਨਗੇ ਕਦੇ ਨਾ ਕਦੇ ਗੁਰੂ ਦੀ ਸੁਣਨਗੇ। ਹੁਣ ਤੁਹਾਡਾ ਮਕਸਦ ਇਹ ਸੀ ਸਿੱਖੀ ਦਾ ਜਿਹੜਾ ਖਾਲਸਾ ਪੰਥ ਸਾਜਿਆ ਗਿਆ ਸੀ ਉਸ ਦਾ ਮਕਸਦ ਸੀ ਇਹ ਗੁਰੂ ਦਾ ਸੁੱਚਾ ਸੁਨੇਹਾ ਸੱਚੇ ਪਾਤਸ਼ਾਹ ਦੀ ਸੱਚੀ ਜਿਹੜੀ ਰੀਤ ਸੀ ਉਸ ਨੂੰ ਉਹਨਾਂ ਲੋਕਾਂ ਤਾਈਂ ਪਹੁੰਚਾਉਣਾ ਜਿਨ੍ਹਾਂ ਨੂੰ ਲੋੜ ਸੀ ਉਸ ਸੁਨੇਹੇ ਦੀ। ਤੁਸੀਂ ਵਿੱਚ ਵਿਚਾਲੇ ਮਾਫ਼ ਕਰਨਾ ਸੱਪ ਬਣ ਕੇ ਬੈਠ ਗਏ ਉਸ ਸੁਨੇਹੇ ਦੇ ਖਜ਼ਾਨੇ ਦੇ ਉੱਤੇ ਤੁਸੀਂ ਉਹ ਖਜ਼ਾਨਾ ਅਗਾਂਹ ਜਾਣ ਨਹੀਂ ਦਿੱਤਾ। ਆਪਾਂ ਇਸ ਦਾ ਖਮਿਆਜ਼ਾ ਭੁਗਤ ਰਹੇ ਹਾਂ। ਹੁਣ ਮੈਂ ਦੇਣਾ ਸਿਰਫ ਇੱਕੋ ਹੀ ਸੁਝਾਅ ਕਿਉਂਕਿ ਸਮਾਂ ਬਹੁਤ ਘੱਟ ਹੈ। ਮੈਂ ਬੇਨਤੀ ਕਰਦਾ ਕਿ ਜੇ ਅਸੀਂ ਵਾਕਿਆ ਹੀ ਕੁਛ ਕਰਨਾ ਚਾਹੁੰਦੇ ਹਾਂ ਤਾਂ ਜਿਸ ਤਰ੍ਹਾਂ ਇਹ ਵਿਦੇਸ਼ੀ ਭਾਈ ਸਾਹਿਬ ਨੇ ਕਿਹਾ 150 ਬੰਦੇ ਦੀ ਇੱਕ ਸਾਂਝੀ ਕਮੇਟੀ ਬਣਾ ਲਓ। ਤੁਹਾਨੂੰ ਕਿਸੇ ਨੇ ਨਿਆਂ ਨਹੀਂ ਲੈ ਕੇ ਦੇਣਾ ਤੁਹਾਨੂੰ ਕਦੇ ਨਿਆਂ ਨਹੀਂ ਮਿਲਣਾ ਤੁਹਾਨੂੰ ਕਦੇ ਨਿਆਂ ਨਹੀਂ ਮਿਲਿਆ ਇਸ ਗੱਲ ਦਾ ਯਕੀਨ ਰੱਖੋ। ਜੇ ਨਿਆਂ ਲੈਣਾ ਤਾਂ ਆਪਣੇ ਆਪ ਲੈਣਾ ਪਏਗਾ। ਉਸ ਦੇ ਵਿੱਚੋਂ ਆਉਣ ਵਾਲੇ ਸਮਿਆਂ ਦੇ ਵਿੱਚ ਜਿਹੜੀ ਪਾਰਲੀਮੈਂਟ ਆਉਣੀ ਹੈ ਉਸ ਪਾਰਲੀਮੈਂਟ ਦੇ ਵਿੱਚ ਬੜੀਆਂ ਸੰਭਾਵਨਾਵਾਂ ਹੋਣਗੀਆਂ ਤੁਹਾਡੇ ਪ੍ਰਭਾਵਸ਼ਾਲੀ ਹੋ ਸਕਣ ਦੀਆਂ ਜਿਸ ਤਰ੍ਹਾਂ ਸਮਾਂ ਆਪਾਂ ਨੂੰ ਦਿਖਾ ਰਿਹਾ।
ਉਸ ਦੇ ਵਿੱਚ ਤੁਸੀਂ ਆਪਣੇ ਪੰਥ ਵੱਲੋਂ ਚਾਹੇ ਕਿਸੇ ਜਮਾਤ ਵੱਲੋਂ ਕਿਸੇ ਪਾਰਟੀ ਵੱਲੋਂ ਕਿਸੇ ਧੜੇ ਵੱਲੋਂ ਉਹ 15 ਬੰਦੇ ਜਿਹੜੇ 150 ਬੰਦਾ ਤੁਹਾਡਾ ਪੰਥ ਦਾ ਅਪਰੂਵ ਕਰੇ ਸਮਝੇ ਵੀ ਇਹ ਠੀਕ ਹਨ ਪੰਥ ਦਾ ਕਾਰਜ ਸਵਾਰ ਸਕਦੇ ਆ ਗੱਲ ਕਰ ਸਕਦੇ ਆ ਰੌਲਾ ਪਾ ਸਕਦੇ ਆ ਨਿਆਂ ਲੈ ਸਕਦੇ ਆ ਆਪਣੇ ਪੈਰਾਂ 'ਤੇ ਖੜ੍ਹਨ ਜੋਗੇ ਹਨਗੇ ਉਹੋ ਜਿਹੇ ਲੋਕ 10, 12, 13, 5, 7, 2, 4 ਕੱਢ ਦੇਣ ਉਹਨਾਂ ਨੂੰ ਉਹਨਾਂ ਦੇ ਜਿੰਮੇ ਲਾਓ ਕਿ ਤੁਸੀਂ ਸਾਨੂੰ ਨਿਆਂ ਲੈ ਕੇ ਦੇਣਾ ਦੂਸਰਾ ਜਿੰਮਾ ਉਹਨਾਂ ਦਾ ਇਹ ਲਾਓ ਕਿ ਤੁਸੀਂ ਸਾਨੂੰ ਸਾਡੀ ਸਾਂਝੀ ਜਮਾਤ ਪੰਜਾਬ ਦੀ ਸਿਰਜ ਕੇ ਦੇਣੀ ਹੈ ਇਹ ਦਲਿਤਾਂ ਦੇ ਉੱਤੇ ਅਨਿਆਂ ਇਹ ਕੱਲ੍ਹ ਨੂੰ ਇਸ ਦੇ ਉੱਤੇ ਅਨਿਆਂ ਉਸ ਵਰਗ ਦੇ ਉੱਤੇ ਅਨਿਆਂ ਇਹ ਪੰਜਾਬ ਦੀ ਧਰਤੀ ਨਹੀਂ ਸਹਿੰਦੀ ਇਹ ਲਾਲੋ ਲਾਲ ਹੋਈ ਪਈ ਹੈ ਖੂਨ ਨਾਲ ਔਰ ਇਸ ਦੇ ਚੱਪੇ ਚੱਪੇ ਦੇ ਉੱਤੇ ਸਿਰ ਲੱਗੇ ਨੇ ਅਸੀਂ ਹੁਣ ਇਹ ਜਿਹੜਾ ਬਿਰਤਾਂਤ ਹੈ ਇਹ ਨਹੀਂ ਚੱਲਣ ਦੇਣਾ ਇਹ ਨਹੀਂ ਸਹਿਣਾ ਅਤੇ ਜੇ ਇੰਨਾ ਕੁ ਆਪਾਂ ਕਰ ਸਕਦੇ ਹਾਂ ਦੇਖੋ ਇਹ ਪਾਰਲੀਮੈਂਟ ਦਾ ਮਸਲਾ ਹੈ ਇੱਥੇ ਕੋਈ ਐਸਾ ਨਹੀਂ ਕਿ ਹਰ ਇੱਕ ਆਦਮੀ ਲੜਨ ਨੂੰ ਤਿਆਰ ਖੜ੍ਹਾ ਤੁਹਾਨੂੰ ਕਈ ਲੋਕਾਂ ਦੀਆਂ ਮਿੰਨਤਾਂ ਮੁੰਨਤਾਂ ਕਰਨੀਆਂ ਪੈਣਗੀਆਂ ਜਿਹੜੇ ਬੰਦੇ ਚੰਗੇ ਨੇ ਕਿ ਭਾਈ ਤੁਸੀਂ ਇਸ ਸਾਹਮਣੇ ਆਓ ਜੇ ਤੁਸੀਂ ਇੰਨਾ ਕਰ ਸਕਦੇ ਹੋ ਤਾਂ ਤੁਹਾਡਾ ਸਾਰਾ ਕੁਛ ਕੀਤਾ ਸਫਲ ਹੈ ਪੁਰਾਣੇ ਧੋਣੇ ਧੋਤੇ ਜਾਣਗੇ ਜੇ ਆਪਾਂ ਨਹੀਂ ਕਰ ਸਕਦੇ ਤਾਂ ਫਿਰ ਮੈਨੂੰ ਖਤਰਾ ਹੈ ਕਿ ਆਪਾਂ ਕੁਛ ਵੀ ਨਹੀਂ ਕਰ ਸਕਾਂਗੇ ਉਸ ਤੋਂ ਬਾਅਦ ਬਿਰਤਾਂਤ ਹੋਰ ਚੱਲੇਗਾ ਫਿਰ ਉਹ ਲੋਕ ਸਭਾ ਤੋਂ ਬਾਅਦ ਉਹ ਆਏਗੀ ਪੰਜਾਬ ਦੀ ਅਸੈਂਬਲੀ ਦੀ ਗੱਲਬਾਤ ਫਿਰ ਉਸ ਤੋਂ ਬਾਅਦ ਜੇ ਕਦੇ ਆਇਆ ਤਾਂ ਸ਼੍ਰੋਮਣੀ ਕਮੇਟੀ ਦਾ ਮਸਲਾ ਆਏਗਾ ਜਿਹਦੇ 'ਤੇ ਤੁਸੀਂ ਵੱਡੀਆਂ ਉਮੀਦਾਂ ਲਾ ਕੇ ਬੈਠੇ ਹੋ ਤੁਹਾਨੂੰ ਪਤਾ ਨਹੀਂ ਕਿ 17-17 ਸਾਲ ਇਸ ਸੰਸਥਾ ਦੇ ਇਲੈਕਸ਼ਨ ਨਹੀਂ ਹੋਏ ਸੋ ਇੰਨਾ ਕੁ ਮੇਰਾ ਸੁਝਾਅ ਹੈ ਅਤੇ ਇਹ ਜਿਹੜੀ ਬੈਕਗਰਾਊਂਡ ਸੀ ਇਤਿਹਾਸ ਸੀ ਜਿੰਨਾ ਕੁ ਮੈਨੂੰ ਸਮਝ ਆਇਆ ਇਸ ਸੁਝਾਅ ਨੂੰ ਦੇਣ ਵਾਸਤੇ ਉਹ ਮੈਂ ਆਪਦੇ ਚਰਨਾਂ ਦੇ ਵਿੱਚ ਹਾਜ਼ਰ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰੋ ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ